ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ। ਪੰਜਾਬ ਲੋਕਡਾਊਨ ਦੇ ਬਾਵਜੂਦ ਵੀ ਪੱਟੀ ਸ਼ਹਿਰ ਵਿੱਚ ਖੁੱਲ੍ਹੇ ਰਹੇ ਸ਼ਰਾਬ ਦੇ ਠੇਕੇ। ਇੱਕ ਪਾਸੇ ਤਾਂ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਭਾਰਤ ਸਰਕਾਰ ਵੱਲੋਂ ਜਨਤਾ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ ਅਤੇ ਇਸਦੇ ਮੱਦੇਨਜ਼ਰ ਹੀ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਜਾਣ 'ਤੇ ਜਿੱਥੇ ਪੂਰੇ ਪੰਜਾਬ ਅੰਦਰ ਹਾਹਾਕਾਰ ਮੱਚੀ ਹੋਈ ਹੈ, ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਅੰਦਰ ਲੋਕਡਾਊਨ ਕੀਤਾ ਹੋਇਆ ਹੈ। ਕਰਿਆਨੇ ਅਤੇ ਮੈਡੀਕਲ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਸਖ਼ਤ ਆਦੇਸ਼ ਜਾਰੀ ਹਨ। ਪਰ ਪੱਟੀ ਸ਼ਹਿਰ ਵਿੱਚ ਲੋਕਡਾਊਨ ਦੇ ਬਾਵਜੂਦ ਵੀ ਖੁੱਲ੍ਹੇ ਸ਼ਰਾਬ ਵਾਲੇ ਠੇਕੇ ਸਰਕਾਰ ਦੇ ਇਸ ਹੁਕਮਾਂ ਨੂੰ ਠੇਚ ਜਾਣਦੇ ਹਨ। ਜਦ ਪੱਤਰਕਾਰਾਂ ਦੀ ਟੀਮ ਵੱਲੋਂ ਇਸ ਠੇਕੇ ਦੀ ਵੀਡੀਓ ਕਵਰੇਜ ਕਰਨੀ ਚਾਹੀ ਤਾਂ ਠੇਕੇ ਦੇ ਵਿੱਚ ਮੌਜੂਦ ਕਰਿੰਦੇ ਨੇ ਦੱਸਿਆ ਕਿ ਉਹਨਾਂ ਨੂੰ DSP ਪੱਟੀ ਨੇ ਮਨਜ਼ੂਰੀ ਦਿੱਤੀ ਹੋਈ ਹੈ, ਜਿਸ ਕਰਕੇ ਅਸੀਂ ਠੇਕਾ ਖੋਲ੍ਹਿਆ ਹੋਇਆ ਹੈ। ਜਦ ਇਸ ਸੰਬੰਧੀ ਮੌਕੇ 'ਤੇ ਮੌਜੂਦ SHO ਅਜੇ ਕੁਮਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ DSP ਨੇ ਠੇਕਾ ਖੋਲ੍ਹਿਆ ਦੀ ਮਨਜ਼ੂਰੀ ਦਿੱਤੀ ਹੈ ਤਾਂ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ। ਅਸ਼ਵਨੀ ਕੁਮਾਰ, ਹਾਂਜੀ ਹਾਂਜੀ, ਅਤੇ ਤੁਹਾਨੂੰ ਪਤਾ ਹੈ ਜੀ ਕਰਫਿਊ ਲੱਗਾ ਹੈਗਾ 31 ਮਾਰਚ ਤੱਕ। ਹਾਂਜੀ ਹਾਂਜੀ, ਅਤੇ ਤੁਸੀਂ ਇਹ ਠੇਕਾ ਕਿਉਂ ਖੋਲ੍ਹਿਆ? ਸਾਨੂੰ ਹੁਕਮ ਮਿਲਾ DSP ਵੱਲੋਂ ਖੋਲ੍ਹਣ ਦਾ। ਕਿਹੜੇ DSP ਵੱਲੋਂ? ਪੱਟੀ ਵਾਲੇ। ਕੀ ਨਾਂ ਹੈ DSP ਦਾ? DSP ਦਾ ਨਾਂ ਹੈ ਹਾਂਜੀ ਕਮਲਜੀਤ ਸਿੰਘ। ਕਮਲਜੀਤ ਸਿੰਘ। ਔਰ ADC ਦਾ ਲੈਟਰ ਲੈਟਰ ਦੀ ਆ ਲਿਖੇ ਉਹ ਲੈਟਰ ਕਿ ਲੈਟਰ ਦਫ਼ਤਰ ਹੈ ਜੀ। ਸਰ ਇੱਕ ਅੱਜ ਠੇਕਾ ਖੁੱਲ੍ਹਾ ਹੈ ਕਿ ਜਿਹੜੇ ਫਿਲਹਾਲ ਕਿ ਅੱਜ ਮੁਕੰਮਲ ਤੌਰ 'ਤੇ ਬੰਦ ਆ? ਨਹੀਂ, ਆਪਾਂ ਤਾਂ ਸਾਰੇ ਬੰਦ ਕਰਾ ਤੇ, ਸਵੇਰੇ ਵੀ ਬੰਦ ਸੀਗੇ ਜਦੋਂ ਆਪਣੇ SDM ਸਾਹਿਬ ਅਤੇ DSP ਸਾਹਿਬ ਨਾਲ ਸੀਗੇ, ਅਤੇ ਦੁਬਾਰਾ ਇਹਨਾਂ ਨੂੰ ਕੋਈ ਨਹੀਂ ਕਹਿ ਦਿੰਦੇ ਹਾਂ। ਅਤੇ ਸਰ ਉਹਨਾਂ ਦਾ ਕਹਿਣਾ ਕਿ DSP ਸਾਹਿਬ ਵੱਲੋਂ ADC ਸਾਹਿਬ ਵੱਲੋਂ ਸਾਨੂੰ ਚਿੱਠੀ ਆਈ ਹੈ ਕਿ ਤੁਸੀਂ ਠੇਕੇ ਖੋਲ੍ਹ ਸਕਦੇ ਜੀ? ਨਹੀਂ ਨਹੀਂ ਨਹੀਂ, ਕੋਈ ਇਹੋ ਜਿਹੀ ਗੱਲਬਾਤ ਨਹੀਂ, ਜੇ ਕੋਈ ਹੋਈ ਤਾਂ ਉਹਨੂੰ ਵੈਰੀਫਾਈ ਕਰ ਲੈਂਦੇ ਹਾਂ। ਸਰ ਹੁਣ ਵੀ ਵੇਖਿਆ ਗਿਆ ਠੇਕਾ ਸਾਹਮਣੇ ਖੁੱਲ੍ਹਾ ਹੈ ਪਰ ਉਹ 'ਤੇ ਕਾਰਵਾਈ ਕੋਈ ਨਹੀਂ ਹੋਈ? ਬਸ ਕੋਈ ਗੱਲ ਨਹੀਂ, ਮੈਂ ਆਪ ਪਰਸਨਲੀ ਚੈੱਕ ਕਰ ਲੈਂਦਾ। ਠੀਕ ਠੀਕ ਹੈ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।